ਨਾ ਬੀਬੀ ਬਾਬਾ ਜੀ ਸਿਆਲਕੋਟ ਨੀ ਬਲਕਿ ਬਾਬਾ ਜੀ ਲੋਹਗੇ ਸਿੱਧੀ ਸਿੱਧੀ ਪਾਈ ਕੀ ਚੱਲ ਰਹੀ ਉੱਚੇ ਦਰਜੇ ਦੀ ਜਿਹਨੂੰ ਨਹੀਂ ਪਤਾ ਉਹਨੂੰ ਮੈਂ ਦੱਸਦਾ ਕਿ ਜਿਹੜਾ ਬਾਬਲਾ ਲੋਹਗੇ ਸਾਇਲੈਂਟ ਗਰਲ ਦਾ ਬੰਦਾ ਜੀ ਬਿਲਕੁਲ ਉਹੀ ਸਾਇਲੈਂਟ ਗਰਲ ਦਾ ਮੂੰਹ ਦੋਰੇ ਚਿਮਟੇ ਵਰਗਾ ਜੀ ਬਿਲਕੁਲ ਬਾਬਾ ਜੀ ਉਹੀ ਸਾਇਲੈਂਟ ਗਰਲ ਦਾ ਪਾਰਟੀ ਸਪੀਕਰ ਵਰਗਾ ਮੂੰਹ ਅਸਲਾਮ ਅਲੈਕੁਮ ਜੈਸਾ ਕਿ ਆਪ ਜਾਣਦੇ ਹਾਂ ਮੈਂ ਆਪ ਲੋਗੋ ਕੀ ਆਪਣੀ ਸਾਇਲੈਂਟ ਗਰਲ ਚਿਲਕਦੀ ਆਂ ਜਿਵੇਂ ਇਹਦੀ ਭੈਣ ਨਿਕਲ ਗਈ ਅੱਜਕੱਲ ਉਹਨੇ ਤੇ ਚਿਲਕ ਨਾ ਘੱਟ ਕੀ ਕਿਉਂਕਿ ਉਹ ਤਾਂ ਬੰਦਾ ਅੱਜਕੱਲ ਉਹਦੀ ਜਗ੍ਹਾ ਤੇ ਕਿਸੇ ਹੋਰ ਦੀਆਂ ਚੀਕਾਂ ਕਢਾਈ ਹੁੰਦਾ ਤੇ ਭਾਈ ਸਾਹਿਬ ਅੱਜਕੱਲ ਹਰ ਦੂਜੇ ਬੰਦੇ ਦੀ ਤੇ ਲੀਕ ਹੋ ਰਹੀ ਹੈ ਵੀਡੀਓ ਦੀ ਗੱਲ ਕਰ ਰਿਹਾ ਚੋਦੀ ਤੇ ਆਪਣੇ ਪਾਕਿਸਤਾਨ ਦੇ ਵਿੱਚ ਐਂ ਚੱਲ ਰਹੀ ਜਿਵੇਂ ਸਵਾਬ ਦਾ ਆਪਣੇ ਮੁਲਕ ਦਾ ਸੀਨ ਕੀ ਹੈ ਬਾਬਾ ਜੀ ਇੱਥੇ ਤੋਂ ਜ਼ਿਆਦਾ ਬਾਦੀ ਉਹ ਬੇਟੇ ਪੈਦਾ ਕਰਨ ਦੇ ਚੱਕਰਾਂ ਦੇ ਵਿੱਚ ਦਿਨ ਰਾਤ ਠੋਕਾ ਲਾਉਣ ਤੇ ਲੱਗੇ ਉਹ ਹੀ ਚੂਤੀਆਂ ਦੇ ਲੋੜੂ ਬੇਟੇ ਅੱਗੇ ਤੇ ਟਿਕਟੌਕ ਦੇ ਉੱਤੇ ਆ ਕੇ ਤੇ ਖੁਸਰਾਨੀ ਮੁਜਰਾ ਕਰ ਰਹੇ ਬਾਕੀ ਜਿਹੜੇ ਰਹਿੰਦੇ ਖੇਦੇ ਨੇ ਉਹ ਇਹੋ ਜਿਹੀਆਂ ਭੈਣ ਚਿੱਕੀਆਂ ਲਾ ਰਹੇ ਨੇ ਕੋ ਚੁੱਡ ਨੇ ਤੇ ਐਡੇ ਕੋ ਬਗੈਰਤ ਨੇ ਬਗੈਰਤੀ ਲਾਉਣ ਤੋਂ ਬਾਅਦ ਫੀਲ ਵੀ ਕੋ ਨਹੀਂ ਕਰਦੇ ਫਿਰ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਗਾਲਾਂ ਨਾ ਕੱਢੀ ਵੀ ਇਹਨਾਂ ਭੈਣ ਦੇ ਠੱਪੇ ਜਾਂ ਮੈਨੂੰ ਗਾਲਾਂ ਨਾ ਕੱਢੀਏ ਤੇ ਹੋਰ ਇਹਨਾਂ ਦੀਆਂ ਤਰੀਫਾਂ ਕਰੀਏ ਫਿਰ ਤੋਂ ਸਾਲੇ ਦੇ ਕੰਮ ਚੈੱਕ ਕਰੋ ਕਹਿੰਦਾ ਕੀ ਹੈ ਲੋ ਜੀ ਫਿਰ ਇਸ ਤੋਂ ਰਿਟਾਇਰ ਦਾ ਕਹਿਣਾ ਜੀ ਮੈਂ ਆਪਣੀ ਜਨਾਨੀ ਦੀ ਪੂਰੇ 2 ਘੰਟੇ 41 ਮਿੰਟ ਠੋਕੀ ਵਾ ਵਾ ਵੈਲ ਡਨ ਯਾਰ ਕਮਾਲ ਕਰ ਗਿਆ ਤੂੰ ਭੈਣ ਦੀ ਸ੍ਰੀ ਤੂੰ ਤੇ ਬੁਰਛੇ ਪਾੜ ਦਿੱਤੇ ਵਰਲਡ ਰਿਕਾਰਡ ਬਣਾ ਲਿਆ ਤੂੰ ਤੇ ਅੱਛਾ ਵੀ ਇੱਥੇ ਤੂੰ ਜਿੰਨੀ ਦੇਰ ਵੀ ਬੰਡ ਮਰਵਾਈ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਤੇ ਸਾਡੇ ਵੱਲੋਂ ਤੂੰ 2 ਘੰਟੇ ਲਿਆ ਤੇ ਭਾਵੇਂ 6 ਘੰਟੇ ਲੈ ਤੇ ਮਸਲਾ ਇਹ ਵੇ ਸਾਲਿਆਂ ਕੋ ਪਕਾਨਾ ਸ਼ਕਾਨਾ ਚਾੜ ਕੇ ਲਈ ਸੀ ਜਾਂ ਇੰਜੀ ਸੁੱਕਾ ਹੀ ਲੱਗਾ ਰਿਹਾ ਆਹਾ ਕਿਉਂਕਿ ਭੈਣ ਦੇ ਠੁੰਮਿਆ ਤੇਰੇ ਅੱਬੇ ਨੇ ਵੀ ਇੱਕ ਬੜੀ ਵੱਡੀ ਗਲਤੀ ਕੀਤੀ ਤੇਰੀ ਵਾਰੀ ਸਸਤਾ ਪਕਾਨਾ ਯੂਜ਼ ਕੀਤਾ ਉਹਦੇ ਵਿੱਚ ਪਤਾ ਨਹੀਂ ਕੋਈ ਮੋਰਾ ਸੀ ਮੋਰੇ ਦੀ ਵਜ੍ਹਾ ਤੋਂ ਗਿਟ ਕਿਕ ਡੋਇਆ ਜਿਹੜਾ ਇਸ ਦੁਨੀਆ ਦੇ ਉੱਤੇ ਨਮੂਦਾਰ ਹੋਇਆ ਸੀ ਅੱਬੇ ਨੇ ਮਾਰੀ ਤੇ ਖਾਚੀ ਸੀ ਇਹ ਨਾ ਹੋਵੇ ਉਹੀ ਖੱਚਾ ਤੂੰ ਮਾਰ ਤੇਰੇ ਵਰਗਾ ਇੱਕ ਝੋਟ ਹੋਰ ਇਸ ਦੁਨੀਆ ਦੇ ਉੱਤੇ ਆਇਆ ਫਿਰ ਇਸ ਲਈ ਪਕਾਨਾ ਜ਼ਰੂਰੀ ਉੱਤੋਂ ਤੁਸੀਂ ਇਹਦੀ ਬਗੈਰਤੀ ਦਾ ਹਿਸਾਬ ਲਾਓ ਕਿ ਕਿਆ ਕੀ ਰਿਹਾ ਹੈ ਲੋ ਜੀ ਫਿਰ ਇਸ ਲੋਂਡੇ ਦਾ ਕਹਿਣਾ ਕਿ ਮੈਂ ਇਸ ਬੱਚੀ ਦੀ ਕੋਈ ਨੁਕਰ ਨਹੀਂ ਛੱਡੀ ਨੁਕਰ ਭੋਰ ਛੱਡੀ ਅੱਗੇ ਪਿੱਛੇ ਮੂੰਹ ਚ ਤੇ ਧੋਣ ਚ ਵੀ ਪਾਇਆ ਹੈ ਉਹ ਇੱਕ ਮਿੰਟ ਉਹ ਖੋਤੀ ਦੇ ਬੱਚਾ ਅੱਗੇ ਪਿੱਛੇ ਤੇ ਮੂੰਹ ਚ ਤੇ ਚਲੋ ਸਮਝ ਚੋਂ ਦੇ ਧੋਣ ਚ ਕਿਹੜੇ ਹਿਸਾਬ ਨਾਲ ਵਾਰਦਾ ਰਿਹਾ VPN ਤੇ ਮੈਂ ਵੀ ਮੈਂ ਬੜਾ ਵਰਤਿਆ ਲੇਕਿਨ ਇਹੋ ਜੀ ਟੈਕਨੋਲੋਜੀ ਤੇ ਮੈਂ ਉੱਥੇ ਵੀ ਕੋਈ ਨਹੀਂ ਵੇਖੀ ਸਾਲਿਆ ਕਿਹੜੀ ਅਸੀਂ ਜਬਰਾ ਟੈਕਨੋਲੋਜੀ ਯੂਜ਼ ਕਰ ਰਹੇ ਹਾਂ ਭੈਣ ਦੇ ਨਾ ਉਹਦੀ ਧੋਣ ਦੇ ਵਿੱਚ ਮੋਰੇ ਕੀਤੇ ਅਸੀਂ ਇਮਾਨਦਾਰ ਦੀ ਗੱਲ ਹੈ ਯਕੀਨ ਮੰਨੋ ਬੰਦੇ ਇਹਨਾਂ ਦੇ ਲਿੱਤਰ ਹੀ ਜੇ ਸਹੀ ਗੱਲ ਹੈ ਬੰਦਾ ਕੱਪੜੇ ਧੋਣ ਵਾਲਾ ਸੋਟਾ ਚੁੱਕੇ ਉਹਨੂੰ ਤੇਲ ਵਾਲੇ ਤਲਾਬ ਦੇ ਵਿੱਚ ਟੁੱਬੀਆਂ ਲਵਾ ਕੇ ਬੰਦਾ ਇਹਨਾਂ ਦੇ ਅੰਦਰ ਤੱਕ ਟੁੱਬੀਆਂ ਲਵਾਵੇ ਉੱਤੋਂ ਫਿਰ ਭਾਈ ਸਾਹਿਬ ਇਸ ਟਾਈਮ ਦੱਸ ਰਹੇ ਨੇ ਕਿ ਇਹਦਾ ਕੋਈ ਹਾਲ ਨਹੀਂ ਹੈ ਗੱਲ ਤੇਰੀ ਵਾਕਈ ਸਹੀ ਹੈ ਕਿ ਉਹਦਾ ਵਾਕਈ ਕੋਈ ਹਾਲ ਨਹੀਂ ਹੈ ਪਤਾ ਨਹੀਂ ਸਾਲੀ ਅੰਨੀ ਹੈ ਜਿਹੜਾ ਉਹਨੇ ਤੇਰੇ ਵਰਗੇ ਲੋਕੀ ਨਾਲ ਵਿਆਹ ਕਰਾਇਆ ਤੇ ਹੈਰਾਨ ਤਾਂ ਮੈਂ ਇਸ ਗੱਲ ਤੋਂ ਆ ਕਿ ਇਸ ਚਿਪਕਲੀ ਬਿਮਾਰੀ ਤੂੰ ਨੇ ਇਹਦੇ ਹਾਲ ਨੂੰ ਬੇਹਾਲ ਕਰ ਕਿਵੇਂ ਦਿੱਤਾ ਜਿਵੇਂ ਦੀ ਸਾਲੇ ਦੀ ਨੁਚੜੇ ਨਹੀਂ ਉਹਦੀ ਸਿਹਤ ਇਹਨੂੰ ਯੱਕ ਨੂੰ ਤੇ ਆਪ ਦੋ ਬੰਦਿਆਂ ਦੀ ਲੋੜ ਹੈ ਲੋ ਜੀ ਫਿਰ ਬਾਬਾ ਜੀ ਇਸ ਗੱਲ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕੋਈ ਅਜੇ ਤੱਕ ਰੱਜੀ ਕੋਈ ਨਹੀਂ ਮਤਲਬ ਕਿਸੇ ਹੋਰ ਦੇ ਕਾਬਲ ਕੀ ਕੈਮਰੇ ਦੇ ਪਿੱਛੇ ਕੋਈ ਹੋਰ ਵੀ ਪਾਇਆ ਨਹੀਂ ਮਤਲਬ ਕਿ ਵਾਰੀਆਂ ਲਾਈਆਂ ਯਾਰ ਉਹ ਕੀ ਕਹਿਣਾ ਕੀ ਚਾਹ ਰਹੇ ਹੋ ਬੱਚੋ ਦੀ ਕੀ ਲਾ ਰਹੇ ਹੋ ਹੋਰ ਦੇ ਕਾਬਲ ਛੱਡਿਆ ਨਹੀਂ ਕੀ ਇਹਦੇ ਤੋਂ ਬਾਅਦ ਕਿਸੇ ਹੋਰ ਨੂੰ ਟਾਈਮ ਦਿੱਤਾ ਉਹ ਬੜਾ ਤਿੜਕੇ ਕਹਿੰਦਾ ਜੀ ਮੈਂ ਉਹਦੀ ਮੱਤ ਮਾਰਦੀ ਉਸ ਅਗਲੀ ਨੂੰ ਪਰਵਾਹ ਹੀ ਕੋ ਨਹੀਂ ਉਹ ਦੰਦੀਆਂ ਕੱਢਦੀ ਫਿਰਦੀ ਹੈ ਪੁੱਤਰ ਮੱਤ ਤੇ ਤੇਰੀ ਵੱਜੀ ਪਈ ਹੈ ਤਾਂ ਆਵਾਜ਼ ਤੇਰੀ ਨਿਕਲਣ ਕੋ ਨਹੀਂ ਰਹੀ ਕਿਹੜੀ ਹੋਇਆ ਲਗੜ ਬਗੜ ਦੀ ਕੌਮ ਹੈ ਜਿਹੜੀ ਇਸ ਮੁਲਕ ਦੇ ਵਿੱਚ ਆ ਗਈ ਇਸੇ ਗੱਲੋਂ ਤੇ ਮੁਲਕ ਤਰੱਕੀ ਕੋ ਨਹੀਂ ਕਰ ਰਿਹਾ ਮੁਲਕ ਸਾਡੇ ਤੇ ਲੋੜਾਂ ਲੱਗਣੇ ਹੀ ਲੱਗਣੇ ਨੇ ਜਦੋਂ ਇਹੋ ਜਿਹੀ ਲੋੜੂ ਜੋ ਇੱਥੇ ਪਈ ਅੱਛਾ ਯਾਰ ਇਹ ਲੀਕ ਵੀਡੀਓ ਵੇਖਣ ਤੋਂ ਬਾਅਦ ਮੈਨੂੰ ਕੋਈ ਏਡਾ ਮਸਲਾ ਕੋ ਨਹੀਂ ਸੀ ਹੋਇਆ ਤੇ ਮੈਨੂੰ ਉਸ ਟਾਈਮ ਚੜੀ ਤੇ ਟੱਪੜੀ ਮੇਰੇ ਉਸ ਟਾਈਮ ਗਰਮ ਹੋਏ ਜਿਸ ਟਾਈਮ ਮੈਂ ਆਹ ਵਾਲੀ ਵੀਡੀਓ ਵੇਖੀ ਮੈਂ ਕਿਹਾ ਤੁਹਾਡੀ ਵੀ ਭੈਣ ਦੀ ਹਾਈ ਅਸਲਾਮ ਅਲੈਕੁਮ ਤੋਂ ਅੱਜਕੱਲ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਨਾ ਵੀਡੀਓਸ ਦੇ ਰਿਲੇਟਡ ਮੈਂ ਆਪ ਲੋਗੋ ਕੋ ਇੱਕ ਬਾਤ ਕਲੀਅਰ ਕਰ ਦਿੰਦੀ ਹਾਂ ਠੀਕ ਹੈ ਇਹ ਵੀਡੀਓਸ 1.5 ਸਾਲ ਪੁਰਾਣੀ ਹੈ ਤਬ ਉਸਾਮਾ ਨਿਕਾਹ ਮੇ ਥੇ ਔਰ ਇਹ ਵੀਡੀਓਸ ਤਬ ਕੀ ਹੈ ਲੇਕਿਨ ਅਬ ਕਿਸੇ ਨੇ ਬਗੈਰਤੀ ਕੀ ਹੈ ਅਬ ਕੋਈ ਬੰਦਾ ਜਦੋਂ ਮਰੀ ਜ਼ਿੰਦਗੀ ਬਿਲਕੁਲ ਠੀਕ ਠਾਕ ਹੋ ਚੁੱਕੀ ਸੀ ਤੋ ਅਬ ਉਸ ਬੰਦੇ ਕੋ ਹਜ਼ਮ ਨਹੀਂ ਹੁਆ ਇਹ ਜੋ ਵੀ ਹੈ ਹਮੇ ਨਹੀਂ ਪਤਾ ਕਿ ਕਿਸਨੇ ਕੀ ਹੈ ਮੈਨੂੰ ਦੁੱਖ ਹੈ ਪਾਕਿਸਤਾਨੀ ਹੋ ਆਪੇ ਅਗਰ ਇੱਕ ਬੰਦੇ ਨੇ ਵਾਇਰਲ ਕੀ ਹੋਣੀ ਹੈ ਨਾ ਕੋਈ 100 ਬੰਦਾ ਤੋਂ ਨਹੀਂ ਥਾ ਨਾ ਇੱਕ ਨੇ ਭੇਜੀ ਹੋਣੀ ਹੈ ਨਾ ਦੂਸਰੇ ਕੋ ਦੂਸਰੇ ਨੇ 20 ਕੋ 30 ਕੋ ਔਰ ਸਭ ਤੇ ਇਹ ਟਾਈਮ ਜ਼ਰੂਰ ਆਏਗਾ ਅਗਰ ਆਪ ਲੋਕ ਕਰ ਰਹੇ ਹੋ ਨਾ ਅੱਜ ਤੋਂ ਅੱਲਾ ਸੇ ਮਾਫੀ ਮੰਗ ਲਓ ਠੀਕ ਹੈ ਔਰ ਮੈਂ ਸੀ ਬੀਬੀ ਨਹੀਂ ਹੂੰ ਕਿ ਮੈਂ ਕਹੂੰ ਕਿ ਇਹ ਹੋ ਗਿਆ ਵੋ ਹੋ ਗਿਆ ਮੈਂ ਮੈਂ ਉਸਾਮਾ ਕੇ ਸਾਥ ਹੂੰ ਔਰ ਹਮੇਸ਼ਾ ਰਹੂੰਗੀ ਖੜੀ ਰਹੂੰਗੀ ਇਸੇ ਲਈ ਮੈਂ ਕਦਮ ਆਜ ਪਤਾ ਚੱਲਿਆ ਜਬ ਮੈਂ ਡਿਪਰੈਸ਼ਨ ਮੈਂ ਤਾਂ ਮੈਨੂੰ ਪਤਾ ਚੱਲਿਆ ਲੋਕ ਇਧਰ ਸੁਸਾਇਡ ਕਿਉਂ ਕਰਤੇ ਹੈ ਆਪ ਲੋਗੋ ਕੀ ਵਜ੍ਹਾ ਸੇ ਲੋਕ ਇਧਰ ਸੁਸਾਇਡ ਕਰਤੇ ਹੈ ਯਾ ਪਾਕਿਸਤਾਨੀ ਆਪ ਲੋਗੋ ਕੀ ਵਜ੍ਹਾ ਹਾਂ ਜੀ ਬਿਲਕੁਲ ਬਿਲਕੁਲ ਪਾਕਿਸਤਾਨੀ ਹੋ ਯਕੋ ਵੜੋ ਮੈਂ ਵੀ ਵੇਚੀ ਹਾਂ ਦੀ ਵਜ੍ਹਾ ਤੋਂ ਲੋਕੀ ਸੁਸਾਇਡ ਕਰ ਰਹੇ ਨੇ ਦਿਓ ਠੁੰਮਿਓ ਅੱਜ ਤੱਕ ਤੁਹਾਡੇ ਚੋਂ ਮਰਿਆ ਤੇ ਕੋਈ ਹੈ ਕੋਈ ਨਹੀਂ ਡਿਪਰੈਸ਼ਨ ਵਿੱਚ ਜਾਂਦੇ ਹੋ ਬੜੋ ਜਾਂ ਤੇ ਸਾਨੂੰ ਮਾਰ ਕੇ ਵਹਾਓ
ਮਤਲਬ ਤੁਸੀਂ ਇਹਦੇ ਕੰਮ ਚੈੱਕ ਕਰੋ, ਗੇਮਾਂ ਵੀ ਆਪ ਪਾ ਰਹੇ ਤੇ ਚੈਸ ਵੀ ਆਪ ਲੈ ਰਹੇ, ਭੈਣ ਦੀ ਸ੍ਰੀ ਤਿੰਨ ਤਿੰਨ ਘੰਟੇ ਦਾ ਠੋਕਾ ਵੀ ਇਹ ਲਾ ਰਹੇ, ਅਸੀਂ ਜੱਕਾ ਆਪਸ ਦੀ ਗੱਲ ਹਕੀਮ ਕਿਹੜਾ ਰੱਖਿਆ ਜੀ, ਜਦੋਂ ਤੋਂ ਕਹਿ ਰਹੇ ਪਾਕਿਸਤਾਨੀਓ ਮੈਨੂੰ ਤੁਹਾਡੇ ਤੇ ਅਫਸੋਸ ਸਾਰੇ ਅਫਸੋਸ ਤੇ ਸਾਨੂੰ ਤੇਰੇ ਤੇ, ਆਪ ਤੂੰ ਤਿੰਨ ਘੰਟੇ ਤੇ ਫੇਰੇ ਸੁੱਟ ਰਹੇ ਸਾਨੂੰ ਗਰੀਬਾਂ ਨੂੰ ਚੁੰਗਾ ਮੁੰਗਾ ਵੀ ਕੋਈ, ਆਪੇ ਮਰ ਜਾਣੀ ਦਾ ਅੱਗੇ ਵੀ ਕਰ ਰਹੇ ਤੇ ਪਿੱਛੇ ਵੀ ਕਰ ਰਹੇ, ਉਸ ਤੋਂ ਬਾਅਦ ਥੱਫੇ ਹੋਰ ਕਿੱਧਰ ਕਰ ਰਹੇ ਅਸੀਂ, ਮੂੰਹ ਵਿੱਚ ਵੀ ਸਟਾਰ, ਮੂੰਹ ਵਿੱਚ ਵੀ ਆਹੋ, ਉਸ ਤੋਂ ਬਾਅਦ ਧੋਣ ਦੇ ਵਿੱਚ ਵੀ ਮੋਰੇ ਕਰ ਰਹੇ, ਤੇ ਧੋਣ ਵਾਲਾ ਕਨਸੈਪਟ ਕੋਈ ਸਮਝ ਚ ਆ ਰਿਹਾ ਮੇਰੀ ਅਜੇ, ਜਿਸ ਟਾਈਮ ਮੈਂ ਜੀ ਲੀਕ ਵੀਡੀਓ ਵੇਖਣੀ ਸ਼ੁਰੂ ਕੀਤੀ ਸਟਾਰਟ ਤੇ ਨਾ ਬੜੀ ਚਾਂਸ ਆਈ ਸੀ ਤੇ ਮੇਰਾ ਖਲੋ ਗਿਆ, ਜਿਸ ਟਾਈਮ ਗੱਲ ਆਈ ਨਾ ਧੋਣ ਚ ਕਿਸਾਨ, ਉਸ ਤੋਂ ਬਾਅਦ ਤੇ ਮੇਰਾ ਆਪਣਾ ਡਿੱਗ ਗਿਆ, ਜਿਸ ਟਾਈਮ ਦਾ ਐਸਾ ਡਿੱਗਿਆ ਵਿਚਾਰਾ ਅਜੇ ਤੱਕ ਕੋਈ ਨਹੀਂ ਉੱਠਿਆ, ਖਤਮ, ਉਹਨੂੰ ਵੜ ਜਾਣੀ ਤੈਨੂੰ ਇਹਦੇ ਨਾਲ ਵੀ ਜ਼ਿਆਦਾ ਸਦਮਾ ਲੱਗ ਗਿਆ, ਮੈਨੂੰ ਲੱਗਦਾ ਕਿ ਉਹ ਵੀ ਡਿਪਰੈਸ਼ਨ ਵਿੱਚ ਟੁੱਟ ਗਿਆ, ਇਹ ਸਾਲਾ ਤੇ ਇੰਜ ਗਮਗੀਨ ਹੋਇਆ ਜਿਵੇਂ ਇਹਦੀ ਵੀਡੀਓ ਵਾਇਰਲ ਹੋਈ, ਭਾਈ ਸਾਹਿਬ ਇਹ ਵੀ ਸਹੀ ਹੈ ਕਿ ਪਹਿਲਾਂ ਰੱਜ ਕੇ ਬਗੈਰਤੀ ਲਾਓ, ਤੇ ਤੁੰਨ ਕੇ ਭੈਣ ਪੇਸ਼ ਕਰਾਓ, ਉਸ ਤੋਂ ਬਾਅਦ ਫਿਰ ਜੇ ਕਿਸੇ ਤਰੀਕੇ ਉਹ ਵਾਲੀ ਬਕਚੋਦੀ ਵਾਇਰਲ ਹੋ ਜੇ, ਫਿਰ ਸਾਰਾ ਗੁਨਾਹ ਕੱਢ ਦਿਓ ਲੋਕਾਂ ਦਾ, ਜੀ ਲੋਕ ਹੀ ਆਖਦੇ ਨਹੀਂ ਪਤਾ ਕਿ ਭੈਣ ਦੀ ਕੀ ਆਪ ਹੀ ਲਾਈਏ ਤੇ ਮੇਨ ਚੋਟ ਆਪ ਨਹੀਂ, ਕੌਣ ਆਂਦਾ ਗੇਮਾਂ ਪਾਉਣ ਲੱਗਿਆ ਵੀਡੀਓ ਰਿਕਾਰਡ ਕਰਦਾ, ਐਸਾ ਕਿਹੜਾ ਉਸ ਟਾਈਮ ਸੱਟ ਕਰਾਂਦਾ ਤੁਹਾਨੂੰ ਭੁਗਤੋ ਲੋੜ ਵੋ, ਅੱਛਾ ਵੀ ਯਾਰ ਅੱਜ ਮੈਂ ਤੁਹਾਨੂੰ ਦੱਸਾਂਗਾ ਵਨ ਐਕਸ ਬੈਟ ਦੇ ਬਾਰੇ, ਵਨ ਐਕਸ ਬੈਟ ਇੱਕ ਐਸਾ ਪਲੇਟਫਾਰਮ ਹੈ ਜਿੱਦੇ ਵਿੱਚ ਤੁਸੀਂ ਆਨਲਾਈਨ ਗੇਮਾਂ ਖੇਡ ਕੇ ਖੁੱਲਾ ਡੁੱਲਾ ਪੈਸਾ ਕਮਾ ਸਕਦੇ, ਅੱਜਕੱਲ ਆਪਣੇ ਯੂਜ਼ਰਾਂ ਨੂੰ ਬਹੁਤ ਜ਼ਿਆਦਾ ਪ੍ਰਾਈਜ਼ ਵੀ ਦੇ ਰਹੇ ਨੇ, ਪਲੱਸ ਖੁੱਲਾ ਡੁੱਲਾ ਕੈਸ਼ ਵੀ ਦੇ ਰਹੇ, ਉਸ ਤੋਂ ਬਾਅਦ ਫਿਰ ਅੱਜਕੱਲ ਆਈਪੀਐਲ ਚੱਲ ਰਿਹਾ, ਤੁਸੀਂ ਆਈਪੀਐਲ ਦੇ ਮੈਚਾਂ ਨੂੰ ਇਹਦੇ ਤੇ ਲਾਈਵ ਵੇਖ ਵੀ ਸਕਦੇ, ਦੇਖਣ ਦੇ ਨਾਲ ਨਾਲ ਤੁਸੀਂ ਇਹਦੇ ਤੋਂ ਪੈਸੇ ਵੀ ਕਮਾ ਸਕਦੇ, ਉਸ ਤੋਂ ਬਾਅਦ ਫਿਰ ਇਹਦੇ ਚੋਂ ਡਿਪੋਜ਼ਿਟ ਤੇ ਵਿਡਰਾ ਕਰਨਾ ਬਹੁਤ ਈਜ਼ੀ, ਤੁਸੀਂ ਆਪਣੇ ਜਾਇਜ਼ ਕਾਸ਼ੀ ਦੀ ਪੈਸਾ ਜਾਂ ਬੈਂਕ ਅਕਾਊਂਟ ਦੇ ਵਿੱਚ ਵਿਡਰਾ ਲੈ ਸਕਦੇ, ਅਗਰ ਤੁਸੀਂ ਮੇਰਾ ਪ੍ਰੋਮੋ ਕੋਡ ਕਾਸ਼ੀ ਵਨ ਐਕਸ ਯੂਜ਼ ਕਰੋਗੇ, ਤੁਹਾਨੂੰ ਫਸਟ ਡਿਪੋਜ਼ਿਟ ਤੇ 40,000 ਰੁਪਏ ਦਾ ਬੋਨਸ ਲੱਭੇਗਾ, ਉਹ ਵੀ ਬਿਲਕੁਲ ਫ੍ਰੀ, ਤੇ ਫਿਰ ਯਾਰ ਉਹ ਥੱਲੇ ਕਮੈਂਟ ਦੇ ਵਿੱਚ ਲਿੰਕ ਪਿੰਨੇ ਉੱਥੇ ਜਾ ਕੇ ਇਹਨੂੰ ਡਾਊਨਲੋਡ ਮਾਰੋ ਤੇ ਚੱਸ ਲਵੋ, ਉਸ ਤੋਂ ਬਾਅਦ ਫਿਰ ਭਾਈ ਸਾਹਿਬ ਆਪਣੇ ਮੁਲਕ ਦੇ ਹਾਲਾਤਾਂ ਨੂੰ ਵੇਖਦੇ ਹਾਂ, ਸਾਡੀ ਗਵਰਨਮੈਂਟ ਨੇ ਫੈਸਲਾ ਕੀਤਾ, ਸਾਡੇ ਜਿਹੜੇ ਨੌਜਵਾਨ ਨੇ ਉਹ ਬਕਚੋਦੀ ਬਹੁਤ ਜ਼ਿਆਦਾ ਲਾ ਰਹੇ, ਜਿਨ੍ਹਾਂ ਨੂੰ ਵੀ ਲੱਭ ਰਹੀ ਉਹ ਛੱਡਦੇ ਕੋਈ ਨਹੀਂ ਹੈ, ਤੁੰਨ ਕੇ ਰਗੜਾ ਫੇਰਦੇ ਨੇ, ਜਿਨ੍ਹਾਂ ਗਰੀਬਾਂ ਨੂੰ ਕੋਈ ਨਹੀਂ ਲੱਭਦੀ ਉਹ ਖੁਸ਼ਕ ਹੱਤੀ ਲਾ ਰਹੇ ਨੇ, ਵਿਜੇ ਕਿਧਰ ਕੰਮ ਤੇ ਚਲਾਣਾ ਨਾ ਉਹਨਾਂ ਵਿਚਾਰਿਆਂ ਨੇ, ਕਿ ਇਸ ਟਾਈਮ ਹਰ ਪਾਸੇ ਕਮਜ਼ੋਰੀ ਚੱਲ ਰਹੀ ਹੈ, ਹਰ ਬੰਦਾ ਹੀ ਤੰਗ ਹੈ, ਸਾਰੇ ਮਾਮਲਾਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਗਵਰਨਮੈਂਟ ਨੇ ਫੈਸਲਾ ਕੀਤਾ ਕਿ ਅਸੀਂ ਆਪਣੀ ਪਾਕਿਸਤਾਨੀ ਆਵਾਮ ਨੂੰ ਹਿੰਮਤ ਕਾਰਡ ਦਿਆਂ, ਅੱਜ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ, ਹਿੰਮਤ ਕਾਰਡ, ਕਿਉਂਕਿ ਸਾਡੀ ਹਿੰਮਤ ਖਤਮ ਹੋ ਗਈ, ਫਿਰ ਇਸ ਕਾਰਡ ਦੇ ਨਾਲ ਅਸੀਂ ਆਪਣੀ ਹਿੰਮਤ ਰੀਚਾਰਜ ਕਰਾਂਗੇ, ਦੁਬਾਰਾ ਨਵੇਂ ਸਿਰੇ ਤੋਂ ਠੋਕਾ ਲਾਵਾਂਗੇ, ਅੱਛਾ ਕਿਤੇ ਹਾਸੇ ਵਾਲੀ ਗੱਲ ਇਹ ਵੀ ਕਿ ਉਸ ਕਾਰਡ ਦਾ ਨਾਮ ਕੀ ਰੱਖਿਆ, ਇੱਕ ਨਿਊਜ਼ ਚੈਨਲ ਦੀ ਐਂਕਰ, ਇੱਕ ਨਿਊਜ਼ ਚੈਨਲ ਦੇ ਉੱਤੇ ਹਿੰਮਤ ਕਾਰਡ ਦਾ ਤਸਵੀਰਾ ਕਰਦੀ ਹੋਈ ਆਪਣੀ ਹਸੀ ਨੂੰ ਕੰਟਰੋਲ ਨਾ ਕਰ ਸਕੇ, ਆਪਣੇ ਖੁੱਲੇ ਅਚਬਾੜਾਂ ਦੇ ਨਾਲ ਦੰਦੀਆਂ ਕੱਢਣ ਲੱਗ, ਤੁਸੀਂ ਵੀ ਚੈੱਕ ਕਰੋ ਜ਼ਰਾ, ਵੈਲਕਮ ਬੈਕ, ਅਬ ਆਪਕੋ ਬਤਾਏ ਕਿ ਪੰਜਾਬ ਮੇਂ ਖਸੂਸੀ ਅਫਰਾਦ ਕੇ ਲੀਏ ਹਿੰਮਤ ਕਾਰਡ ਔਰ ਬੈਤੁਲ ਮਾਲ ਕੇ ਯੇ ਕਿਆ ਹੋ ਹੱਦ ਹੋ ਗਈ ਹੈ, ਇਸਮੇ ਸੇ ਵਾਲੀ ਕੋ ਬਾਤ ਹੈ, ਲੋਜ ਮੈਨੂੰ ਲੱਗਦਾ ਕਿ ਇਸ ਆਂਟੀ ਦੇ ਬੰਦੇ ਦੀ ਵੀ ਹਿੰਮਤ ਪਤਾ ਨਹੀਂ ਖਤਮ ਹੋਈ, ਫਿਰ ਇਹਨੇ ਸੋਚਿਆ ਕਿ ਮੈਂ ਵੀ ਇਸ ਕਾਰਡ ਦੇ ਨਾਲ ਆਪਣੇ ਬੰਦੇ ਦੀ ਹਿੰਮਤ ਨੂੰ ਵਧਾਵਾਂ, ਉਸ ਤੋਂ ਬਾਅਦ ਠੋਕਾ ਲਵਾਵਾਂ, ਫਿਰ ਬਸ ਇਹ ਗੱਲ ਸੋਚ ਕੇ ਉਹਨੂੰ ਹਾਸਾ ਆ ਗਿਆ, ਅਸੀਂ ਫਿਰ ਸਿਹਤ ਕਾਰਡ ਤੋਂ ਬਾਅਦ ਤੁਹਾਡੀ ਹਾਜ਼ਰ ਖਿਦਮਤ ਹੈ ਹਿੰਮਤ ਕਾਰਡ, ਜਾਓ ਲੈ ਜਾਓ ਇਹਨੂੰ ਕਿਸੇ ਬਾਬੇ ਕੋਲੋਂ ਦਮ ਕਰਵਾ ਲਿਆ, ਇਹਦੀ ਹਿੰਮਤ ਤੇ ਪੂਰੀ ਹੋ ਗਈ, ਇਸ ਤੋਂ ਬਾਅਦ ਫਿਰ ਬਾਬਾ ਜੀ ਤੁਹਾਡੀ ਹਾਜ਼ਰ ਖਿਦਮਤ ਇੱਕ ਸੰਸਾਰੀ ਨਿਯੋਲਾ, ਜਿਹਦੇ ਅੰਦਰ ਕੰਡੇ ਵਾਲਾ ਕੀੜਾ ਪਾਇਆ ਜਾਂਦਾ, ਇਹ ਜਿਹੜਾ ਐਲਕਸ ਭੱਟੀ ਦਾ ਨਵਾਂ ਮਾਡਲ ਹੈ, ਅੱਜ ਅਗਲੇ ਦਿਨ ਹੀ ਕਢਾਇਆ, ਇਹ ਹੰਨੋ ਹੈ, ਇਹਦੀ ਨਾ ਮਾਂ ਨਾ ਪਿਓ, ਇਹ ਖੁਸਰਾ ਭੈਣ ਚੋਦ, ਨਹੀਂ ਨਹੀਂ ਬਾਬਾ ਜੀ ਇਹ ਖੁਸਰਾ ਨਹੀਂ, ਬਲਕਿ ਉਹ ਕੰਜਰੀ ਜੀ ਦੇ ਸੁੰਗੜ ਦੇ ਅੰਦਰ ਨੂੰ ਵੜ ਗਏ, ਨੂੰ ਜਿਹੜਾ ਉਹ ਮੁੱਢੋਂ ਹੀ ਜਵਾਬ ਦੇ ਗਿਆ, ਫਿਰ ਇਹਨੇ ਸੋਚਿਆ ਕਿ ਕਿਉਂ ਨਾ ਮੈਂ ਖਵਾਤੀਨ ਨਾਲ ਜੱਕੀ ਕਿਚੂਲਾ ਅਖਤਿਆਰ ਕਰਾਂ, ਫਿਰ ਪ੍ਰੋਡਕਟ ਜਿਹੜਾ ਉਹ ਤੁਹਾਡੇ ਸਾਹਮਣੇ ਨਹੀਂ, ਇਹੋ ਜਿਹਾ ਖੁਸਰਿਆਂ ਦੇ ਕੋਲੋਂ ਮੇਰਾ 21 ਸਵਾਲ ਸਾਲ ਹੈ, ਸ਼ੈਂਪੂ ਕਿਹੜਾ ਲਾਉਂਦੇ ਹੋ, ਏਡੇ ਲੰਮੇ ਵਾਲ ਤੇ ਕੁੜੀਆਂ ਦੇ ਕੋਈ ਨਹੀਂ, ਦੇਖੋ ਜਿੱਡੇ ਤੁਸੀਂ ਕੀਤੇ ਹੁੰਦੇ, ਅੱਛਾ ਇੱਥੇ ਗੱਲ ਪਤਾ ਕੀ ਹੈ, ਮੈਂ ਤੁਹਾਨੂੰ ਦੱਸਣਾ, ਮੇਰਾ ਦੂਜੇ ਜਿਹੜੇ ਲੋਂਡੇ ਨੇ ਇਹਨਾਂ ਦੇ ਵਾਲ ਏਡੇ ਲੰਮੇ ਹੋ ਸਕਦੇ ਨੇ, ਉਹ ਜਿਹੜੇ ਜੱਕ ਨੇ ਉਹ ਸ਼ੈਂਪੂ ਨੂੰ ਵਾਲਾਂ ਦੀ ਬਜਾਏ ਹੋਰ ਹੀ ਕਿਧਰੇ ਵਰਤਦੇ ਨੇ, ਸਮਝ ਰਹੇ ਹੋ, ਇਹਨਾਂ ਖੁਸਰਿਆਂ ਵਿਚਾਰਿਆਂ ਦੇ ਕੋਲ ਤੇ ਉਹ ਜਿਹਾ ਕੋਈ ਮਟੀਰੀਅਲ ਹੀ ਕੋਈ ਨਹੀਂ, ਇਹਨਾਂ ਬਗੈਰ ਤਾਂ ਨੇ ਸਾਰਾ ਸ਼ੈਂਪੂ ਆਪਣੇ ਵਾਲਾਂ ਦੇ ਉੱਤੇ ਵਰਤਣਾ ਹੁੰਦਾ, ਇਸ ਵਜ੍ਹਾ ਤੋਂ ਫਿਰ ਇਹਨਾਂ ਦੇ ਵਾਲ ਜ਼ਿਆਦਾ ਲੰਮੇ ਹੁੰਦੇ, ਬਾਕੀ ਬੱਚਿਆਂ ਦਾ ਮੈਂ ਕੁਝ ਕਹਿ ਨਹੀਂ ਸਕਦਾ, ਉਸ ਤੋਂ ਬਾਅਦ ਫਿਰ ਇੱਕ ਹੋਰ ਨਿਊਜ਼ ਆਈ ਹੈ ਕਿ ਟਿਕਟੌਕ ਦੇ ਖੁਸਰਿਆਂ ਨੂੰ ਵੱਡਾ ਲੈਣ ਦਾ ਬੜਾ ਸ਼ੌਕ ਹੈ, ਹੁਣ ਤੁਸੀਂ ਇੱਧਰ ਹੀ ਵੇਖ ਲਓ, ਹੇ ਪ੍ਰਭੂ ਹੇ ਹਰੀਨਾਮ ਕ੍ਰਿਸ਼ਨ ਜਗਨਨਾਥ ਪ੍ਰੇਮਾਨੰਦੀ, ਇਹ ਕੀ ਹੋਆ, ਗਲਾ ਉੱਤੇ ਪਾਣੀ ਆ ਗਿਆ, ਗਮਛਾ ਵੀ ਖੁੱਲ ਗਿਆ ਮੇਰਾ, ਲੈਂਟੀ ਇਹ ਦੇਖੀਏ, ਨਹੀਂ ਇਹ ਵੱਡਾ ਤੇ ਠੀਕ ਹੈ, ਲੇਕਿਨ ਏਡਾ ਵੱਡਾ ਕਿਵੇਂ ਬਰਦਾਸ਼ਤ ਕਰੇਗਾ, ਤੋ ਚੈੱਕ ਕਰੋ ਸਾਲੀ ਆਤਿਸ਼ਬਾਜ਼ੀ ਸਪਨੇ, ਉਸ ਤੁਰਲੇ ਨੂੰ ਜੱਫੀਆਂ ਕਿਵੇਂ ਲਾਉਂਦੇ, ਜਿਵੇਂ ਬੰਬ ਨਹੀਂ ਸੱਚੀ ਮੁੱਚੀ, ਫਿਰ ਅੱਜ ਲਈ ਬਸ ਯਾਰ, ਅਗਰ ਵੀਡੀਓ ਚਾਹੀਦੀ ਤਾਂ ਵੀਡੀਓ ਨੂੰ ਲਾਈਕ ਮਾਰੋ, ਇਹਨਾਂ ਤੋਂ ਕੋਈ ਕੀਤਾ ਸਬਸਕ੍ਰਾਈਬ ਵੀ ਕਰ ਲਓ, ਇੰਸਟਾਗ੍ਰਾਮ ਤੇ ਵੀ ਫਾਲੋ ਕਰ ਲਓ, ਉੱਥੇ ਵੀ ਬਗੈਰਤੀ ਲਾਉਂਦੇ ਰਹੀ, ਬਾਕੀ ਆਪਣੇ ਮੁਲਕ ਵਿੱਚ ਅੱਜਕੱਲ ਇਹ ਵਾਲੀ ਬਗੈਰਤੀ ਚੱਲ ਰਹੀ ਤੇ ਬਾਹਰ ਦੇ ਮੁਲਕ ਵਿੱਚ ਕੀ ਚੱਲ ਰਿਹਾ ਉਹ ਵੀ ਚੈੱਕ ਕਰ ਲਓ।
ਥੱਥੇ ਤੁਸੀਂ ਕਿਸੇ ਤਰਲਾ ਮਾਰ ਵੀਜ਼ਾ ਕਢਾ ਮੇਰਾ ਇੱਥੇ ਤੇ ਭੈਣ ਚੋ ਕਿਸੇ ਨੇ ਸਾਨੂੰ ਦੇਣੀ ਕੋਈ ਚਲੋ ਉੱਥੇ ਜਾ ਕੇ ਹਿਸਾਬ ਲਾਨੀ ਪਤਾ ਕੋਈ ਪੀਜ਼ਾ ਮੰਗਵਾਏ ਤੇ ਬਾਅਦ ਕਵੇ ਆ ਜਾਓ ਅੰਦਰ ਹੀ ਆ ਜਾਓ ਲੋਰਾ ਮੇਰਾ ਨੀ ਏਡੀ ਸ਼ਾਦੀ ਕਿਸਮਤ।